अगर आपने हमारे चैनल को सब्सक्राइब नहीं किया है तो इसे सब्सक्राइब कर लें। श्री मुख्तसर साहब के दुकानदार, कपड़ा व्यापारी और जूतों वाली ने दुकाना उबलने की मांग। कोरोना वायरस की महामारी करके पूरे भारत में लॉकडाउन चल रहा है, वहां ही लॉकडाउन में किराना दूधवाला की दुकान पर सरकार की तरफ से खुलवाई गई, क्योंकि किराने और दूध हर घर में इस्तेमाल किया जाता है, इस करके किरानों की दुकाना खुली हुई थी। कुछ टाइम बीत जाने के बाद और दुकाना भी सरकार की तरफ से खुलवाई गई है और अभी कपड़ा जूती की दुकान अभी भी बंद है। कपड़ा यूनियन का कहना है कि 2 महीने से लॉकडाउन चल रहा है, हम घरों में बैठे हैं, सभी दुकाना खुलवाई जा रही हैं, हमारी भी दुकाना खुलवाई जाए जो हमारे कामकाज भी थोड़ा बहुत चलता रहे घर में रहकर। इंस्पिरेशन में भी रहने हमारे घर का गुजारा बहुत मुश्किल के साथ चल रहा। हमारी प्रशासन आगे विनती करते हैं कि हमारी दुकाना को कुछ टाइम दिया जाए। उन्होंने कहा, हम पहला भी प्रशासन को गुहार लगा चुके हैं, परंतु अभी तक प्रशासन के सर पर जू नहीं सर की। हमारे मुलाजिम हमारे पास आकर पैसे मांगते हैं, जब हम ही 2 महीने से वेहले बैठे हैं तो हम उनको पैसे कहां से दे। सर, आज मार्केट में कुछ दुकानदार रौला पाया गया से, की मामला सी, की कारण सी? कपड़ा जिहड़ा हैगा जे रेडीमेड पिया जिहने सी जिहड़े ओह दुकाना शॉप खोलण बारे कह रहे सी, ਜਿਹਨਾਂ ਨੂੰ ਅਸੀਂ ਦੱਸਿਆ ਸੀ ਵੀ ਜਿਹੜੇ ਮਾਨਯੋਗ ਡੀ ਸੀ ਸਾਹਿਬ ਵੱਲੋਂ ਜਿਹੜੀਆਂ ਹੈਗੀਆਂ, ਇਹਨਾਂ ਨੂੰ ਅਜੇ ਅੱਗੇ ਪਰਮਿਸ਼ਨ ਨਹੀਂ ਮਿਲੀ। ਜਿਹੜੀ ਹੈਗੀ ਵੀ ਉਹ ਮਿਲ ਕੇ ਜਦੋਂ ਉਹਨਾਂ ਨੂੰ ਪਰਮਿਸ਼ਨ ਮਿਲ ਜੂਗੀ ਤਾਂ ਉਸ ਤੋਂ ਬਾਅਦ ਜਿਹੜੇ ਓਪਨ ਕਰ ਸਕਦੇ ਆ, ਉਹ ਉਦੋਂ ਤੱਕ ਉਹ ਬੰਦ ਰੱਖਣ, ਸਾਡਾ ਸਾਥ ਦੇਣ। ਜੇਕਰ ਕੋਈ ਉਲੰਘਣਾ ਕਰੂਗਾ ਤਾਂ ਉੱਥੇ ਕਾਰਵਾਈ ਕੀਤੀ ਜਾਊਗੀ। ਅਜੇ ਕੁਮਾਰ, ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਜੀ, ਜ਼ਿਲ੍ਹਾ ਪ੍ਰਸ਼ਾਸਨ ਤੋਂ, ਜਾਂ ਤਾਂ ਜੀ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਜਾਣ, ਜਾਂ ਫਿਰ ਕੱਪੜੇ ਦੁਕਾਨਾਂ ਅਤੇ ਜਿਹੜੀ ਹੋਰ ਦੁਕਾਨਾਂ ਹੈ ਉਹ ਵੀ ਖੁੱਲ੍ਹਾਈਆਂ ਜਾਣ, ਜਾਂ ਸਰਕਾਰ ਸਾਡੇ ਖਾਤਿਆਂ 'ਚ ਪੈਸੇ ਪਾ ਦੇ, ਅਸੀਂ ਦੁਕਾਨਾਂ ਨਹੀਂ ਖੋਲ੍ਹਦੇ। ਕਿਉਂਕਿ ਜਿਹੜੇ ਦੁਕਾਨ ਦੇ ਮੁੰਡੇ ਡਿਮਾਂਡ ਕਰਦੇ ਪੈਸਿਆਂ ਦੀ, ਅਸੀਂ ਪੈਸੇ ਕਿੱਥੋਂ ਲਿਆਈਏ? ਜਾਂ ਬੈਂਕਾਂ ਦਾ ਲੋਨ ਦਾ ਵਿਆਜ ਪੈ ਰਹੇ ਹੈ, ਦੁਕਾਨਾਂ ਦੇ ਕਿਰਾਏ ਪੈ ਰਹੇ ਹੈ, ਜਿਹੜਾ ਸਰਕਾਰ ਸਾਨੂੰ ਦੇਵੇ, ਨਹੀਂ ਤਾਂ ਸਾਡਾ ਇੰਤਜ਼ਾਮ ਕਰੇ, ਨਹੀਂ ਤਾਂ ਸਾਰੇ ਦੁਕਾਨਦਾਰ ਮਜਬੂਰ ਹੋਣਗੇ। ਕੋਈ ਧਰਨਾ ਲਾਉਣ ਨੂੰ ਤਿਆਰ ਹੈ, ਗ੍ਰਿਫਤਾਰੀਆਂ ਦੇਣ ਨੂੰ ਵੀ ਤਿਆਰ ਬੈਠੇ ਦੁਕਾਨਦਾਰ। ਉਹ ਸਾਡੀ ਬਹੁਤ ਵਾਰ ਅਸੀਂ ਜਾ ਚੁੱਕੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਕੋਲ, ਸਾਡੀ ਕਿਸੇ ਨੇ ਗੱਲ ਨਹੀਂ ਸੁਣੀ। ਇੱਕ ਤੁਸੀਂ ਕਹਿੰਦੇ ਆ ਵੀ ਹੋਰ ਸ਼ਹਿਰਾਂ 'ਚ ਦੁਕਾਨਾਂ ਖੁੱਲ੍ਹੀਆਂ, ਅਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਵੀ ਤੁਸੀਂ ਕੋਈ ਬੰਦਾ ਘੱਲਿਆ ਉੱਥੇ ਵੀ ਵਾਕਈ ਕੱਪੜੇ ਦੀਆਂ ਦੁਕਾਨਾਂ ਜਿਹੜੀਆਂ ਹੋਰ ਸ਼ਹਿਰਾਂ 'ਚ ਖੁੱਲ੍ਹੀਆਂ? ਹਾਂਜੀ, ਜਲਾਲਾਬਾਦ, ਫਾਜ਼ਿਲਕਾ, ਕੋਟਪੁਰਾ, ਫਰੀਦਕੋਟ ਕੱਪੜੇ ਦੁਕਾਨਾਂ ਖੁੱਲ੍ਹੀਆਂ, ਜਦੋਂ ਕਿ ਅੰਮ੍ਰਿਤਸਰ ਵੀ ਕੱਲ੍ਹ ਖੋਲ੍ਹਦਾ, ਜਿੱਥੇ ਕਿ ਹੋਟਸਪੋਟ ਹੈ, ਜੋ ਕਿ ਹੋਟਸਪੋਟ ਹੈ ਅੰਮ੍ਰਿਤਸਰ, ਬਠਿੰਡਾ ਵੀ ਖੁੱਲ੍ਹ ਗਿਆ। ਸਾਡਾ ਦੱਸ ਦਿਓ ਕਿ ਵੀ ਮੁਕਤਸਰ ਵਾਲਿਆਂ ਦਾ ਕੀ ਕਸੂਰ ਹੈ? ਵੀ ਸਪੈਸ਼ਲ ਮੁਕਤਸਰ ਹੀ ਬੰਦ ਹੈ ਇਕੱਲਾ, ਇੱਥੇ ਕਰੋਨਾ ਵੜਿਆ ਇਕੱਲਾ, ਹੋਰ ਕਿਤੇ ਕਰੋਨਾ ਹੈ ਹੀ ਨਹੀਂਗਾ। ਕਪੜੇ ਦੁਕਾਨਾਂ ਖੁੱਲ੍ਹੀਆਂ ਜੀ, ਹੋਲਸੇਲ ਮਾਰਕੀਟ, ਹੋਲਸੇਲ ਮਾਰਕੀਟ ਖੁੱਲ੍ਹੀ ਹੈ, ਰਿਟੇਲ ਖੁੱਲ੍ਹੀ ਹੈ, ਬੂਟ ਵਾਲੀਆਂ, ਮਨਿਆਰੀ ਦੀਆਂ। ਕੁਛ ਟਾਈਮ ਦਿੱਤਾ ਉਹਨੂੰ, 3 ਦਿਨ ਦਾ ਟਾਈਮ ਦਿੱਤਾ ਹਫ਼ਤੇ 'ਚੋਂ, ਸਾਨੂੰ ਵੀ ਉਸ ਤਰ੍ਹਾਂ ਟਾਈਮ 3 ਦਿਨ ਦਾ ਮਿਲੇ, ਤਾਂ ਅਸੀਂ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਨੂੰ ਤਿਆਰ ਹਾਂ। ਨਹੀਂ ਤਾਂ ਇਸ ਟਾਈਮ ਵਪਾਰੀ ਇੰਨਾ ਦੁਖੀ ਹੈ ਵੀ ਉਹ ਦੱਸ ਨਹੀਂ ਸਕਦਾ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਭਾਰਤ ਭੂਸ਼ਣ ਜੀ, ਭੂਸ਼ਣ ਜੀ, ਕੀ ਸਮੱਸਿਆ ਆ ਰਹੀ ਹੈ? ਸਮੱਸਿਆ ਸਾਨੂੰ ਇਹ ਆ ਰਹੀ ਹੈ ਵੀ ਦੁਕਾਨਾਂ ਤਾਂ ਸਾਡੀਆਂ ਬੰਦ ਕਰਾ ਦਿੱਤੀਆਂ, ਉਸ ਤੋਂ ਬਾਅਦ ਸਾਰਾ ਬਾਜ਼ਾਰ ਦੂਸਰੇ ਤਰ੍ਹਾਂ ਦੇ ਖੁੱਲ੍ਹੇ ਹੈ। ਹੁਣ ਸਾਡੇ ਕੋਲ ਮੁੰਡੇ ਆ ਜਾਂਦੇ ਆ, ਸਵੇਰੇ ਆ ਜਾਣਗੇ, ਸਾਨੂੰ 1500 ਦੇ ਦਿਓ, ਸਾਨੂੰ 2000 ਦੇ ਦਿਓ, ਅਸੀਂ ਕਿੱਥੋਂ ਦੇ ਦਈਏ? ਸਾਡੀ ਜੇਬ 'ਚ ਆਉਣਗੇ ਤਾਂ ਹੀ ਦੇਵਾਂਗੇ ਨਾ। ਅੱਛਾ, ਸਰਦਾ ਉਹਨਾਂ ਦਾ ਵੀ ਨਹੀਂ, ਇਸ ਗੱਲ ਨੂੰ ਤੁਸੀਂ ਵੀ ਸਮਝੋ ਵੀ ਸਰਦਾ ਉਹਨਾਂ ਦਾ ਵੀ ਨਹੀਂ, ਉਹਨਾਂ ਨੂੰ ਵੀ ਦੇਣੇ ਪੈਂਦੇ, ਦਿੰਦੇ ਵੀ ਆ। ਚੱਲ ਕਿਸੇ ਨੇ 2000 ਮੰਗਿਆ, ਉਹਨੂੰ 1500 ਦਿੱਤੇ ਨੇ, ਕਿੰਨੇ 1000 ਮੰਗੇ, ਚੱਲ ਯਾਰ ਅੱਜ ਜਿਹੜੀ ਤੂੰ ਕੱਲ੍ਹ ਲੈ ਲਈ। ਅੱਛਾ, ਇੱਕਦਮ ਬੰਦ ਕਰਤਾ ਜਿਹੜਾ ਸੀ ਕੰਮ, ਉਹ ਸਾਰੇ ਅਸੀਂ ਪੈਸੇ ਲਾ ਬੈਠੇ ਹਾਂ, ਹੁਣ ਅਸੀਂ ਕਿੱਧਰ ਜਾਈਏ ਦੱਸੋ? ਹੁਣ ਡੀ ਸਾਹਿਬ ਨੂੰ ਕਹਿੰਦੇ ਹਾਂ, ਉਹ ਕਹਿੰਦੇ ਮੈਂ 11 ਨੂੰ ਖਿਲਾ ਦਾਂਗਾ, ਵੇਖ ਲਾਂਗੇ, ਖਿਲਾਈ ਹੈ ਨਹੀਂ, ਅਸੀਂ ਤਾਂ ਮੂੰਹ ਚੁੱਕ ਕੇ ਵੇਖੀ ਜਾਂਦੇ ਹਾਂ। ਸਾਰੇ ਡਿਸਟ੍ਰਿਕਟ 'ਚ ਖੁੱਲ੍ਹ ਗਿਆ ਅਤੇ ਅਸੀਂ ਤਾਂ ਰਹਿ ਗਏ ਨੇ ਐਵੇਂ ਦੇ ਐਵੇਂ, ਕਿੱਡੀ ਵੱਡੀ ਪ੍ਰੋਬਲਮ ਹੈ। ਹੁਣ ਘਰਾਂ ਦੇ ਰਾਸ਼ਨ ਦੀ ਹਿਸਾਬ, ਰਾਸ਼ਨ ਕਿੱਥੋਂ ਲਿਆ ਕੇ ਦੇਵਾਂਗੇ? ਹੁਣ ਮੁੰਡਿਆਂ ਨੇ ਤਾਂ ਲੈ ਲਏ ਰਾਸ਼ਨ, ਸਾਡਾ ਆਪਦਾ ਘਰ ਦਾ ਰਾਸ਼ਨ ਮੁੱਕਿਆ ਪਿਆ, ਹੁਣ ਪ੍ਰੋਬਲਮ ਹੈ। ਠੀਕ ਹੈ ਵੀ ਕਿਸੇ ਨੂੰ ਨਹੀਂ ਦੱਸਿਆ ਜਾਂਦਾ, ਅਗਲਾ ਕਹਿੰਦਾ ਭੂਸ਼ਣ ਕੇ ਲੰਘ ਹੈ, ਵੀ ਜੇ ਇਹਨਾਂ ਕੋਲ ਘਰੇ ਹੈ ਨਹੀਂ, ਹੁਣ 1.5-2 ਮਹੀਨੇ ਬਾਅਦ ਅਸੀਂ ਕੀ ਕੱਢਾਂਗੇ ਘਰੋਂ? ਤੁਸੀਂ ਵੀ ਸਮਝੋ, ਹਰ ਕੋਈ ਸਮਝ ਆ ਇਸ ਗੱਲ 'ਚ। ਹਾਂ, ਕੁਛ ਨਾ ਕੁਛ ਸਾਨੂੰ ਵੀ ਰਿਲੀਫ ਦਿਓ, ਅਸੀਂ ਵੀ ਤੁਹਾਡੇ ਕੋਲ ਆ ਕੇ ਬੈਠੇ ਹਾਂ, ਵੀ ਸਾਨੂੰ ਸਾਡੀ ਸਮੱਸਿਆ ਸੁਣੋ। ਸਾਰਾ ਸ਼ਹਿਰ ਇੱਕ ਪਾਸੇ, ਸਾਰਾ ਖੁੱਲ੍ਹਿਆ ਪਿਆ, ਸਾਰਿਆਂ ਦਾ ਕੰਮ ਚੱਲੀ ਜਾਂਦਾ,
ਸਾਨੂੰ ਪੈਸੇ ਵੱਟਣ ਨਾਲ ਨਹੀਂ ਮਤਲਬ, ਸਾਨੂੰ ਇੰਨਾ ਕੁ ਮਤਲਬ ਹੈ ਵੀ ਜਿਹਦੇ ਵਿੱਚ ਅਸੀਂ ਆਪਦੇ ਮੁਲਾਜ਼ਮਾਂ ਨੂੰ ਕੁਛ ਨਾ ਕੁਛ ਦਿੰਦੇ ਰਹੀਏ, ਘਰੋਂ ਕਿੰਨੀ ਕੁ ਦੇਰ ਦੇ ਦਿਆਂਗੇ, ਖੂਹ ਵੀ ਖਾਲੀ ਹੋ ਜਾਂਦਾ ਜੀ ਵਿੱਚ ਭਰੋ ਇਹਨਾਂ ਤਾਂ। ਇਸ ਗੱਲ ਦੀ ਸੋ ਬਹੁਤ ਵੱਡੀ ਸਮੱਸਿਆ ਹੈ। ਹੁਣ ਸਾਡਾ ਹੱਲ ਕਰੋ, ਕੋਈ ਕੀ ਕਰਦੇ ਹੋ, ਹੈ ਤੁਹਾਡੇ ਕੋਲ ਕੋਈ ਹੱਲ? ਫਿਰ ਅਗਲਾ ਕਹਿੰਦਾ ਵੀ ਆ ਗਏ, ਕਈ ਚਲੇ ਗਏ, ਆ ਗਏ ਚਲ ਗਏ, ਤਰਲੇ ਅਸੀਂ ਲਈ ਜਾਂਦੇ ਹਾਂ ਵੀ ਕਿੱਥੋਂ ਲਿਆ ਕੇ ਦੀਏ ਮੁੰਡਿਆਂ ਨੂੰ ਪੈਸੇ। ਅਕਸਰ ਘਰ ਦਾ ਵਪਾਰ ਵੀ ਤੋਰਨਾ, ਘਰ ਵੀ ਤੋਰਨਾ, ਦੂਜੇ ਮੁੰਡੇ ਦਾ ਵੀ ਤੋਰਨੇ ਆ ਵਪਾਰ, ਅਤੇ ਤੋਰੀ ਵੀ ਜਾਂਦੇ ਹਾਂ। ਚਲੋ ਜੀ, श्री मुक्तसर साहब से शक्ति जिंदल की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।